ਅੱਜ ਫਲੋਰਦੀਨ ਪੈਂਦੀ ਪੁਲਿਸ ਚੌਂਕੀ ਅਪਰਾਧੀ ਪੁਲਿਸ ਨੇ ਦੌਰਾਨ ਗਸ਼ਤ ਗੁਪਤ ਸੂਚਨਾ ਦੇ ਆਧਾਰ ਤੇ ਪਿੰਡ ਛੋਕਰਾ ਵਿਖੇ ਇੱਕ ਅਮਨ ਕੁਮਾਰ ਔਰ ਮੁੰਨਾ ਦੀ ਦੁਕਾਨ ਤੇ ਛਾਪਾ ਮਾਰਿਆ ਤਾਂ ਉਸ ਦੀ ਦੁਕਾਨ ਅੰਦਰ ਇੱਕ ਖੁਫੀਆ ਗਟਰ ਬਣਾਇਆ ਹੋਇਆ ਸੀ ਜਿਸ ਵਿੱਚ ਅੰਦਰ ਭਾਰੀ ਮਾਤਰਾ ਵਿੱਚ ਸ਼ਰਾਬ ਅਤੇ ਹੋਰ ਨਸ਼ੀਲੇ ਪਦਾਰਥ ਜਮ੍ਹਾਂ ਕੀਤੇ ਹੋਏ ਸਨ। ਪੁਲਿਸ ਨੇ ਮੌਕੇ ਤੇ 40 ਪੇਟੀਆਂ ਇੰਗਲਿਸ਼ ਸ਼ਰਾਬ ਅਤੇ ਹੋਰ ਨਸ਼ੀਲੀਆਂ ਵਸਤਾਂ ਬਰਾਮਦ ਕੀਤੀਆਂ। ਮੌਕੇ ਤੇ ਦੋਸ਼ੀ ਅਮਨ ਕੁਮਾਰ ਮੁੰਨਾ ਦੀਆਂ ਦੋ ਪਤਨੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਜੋ ਖੁਫੀਆ ਗਟਰ ਵਿੱਚੋਂ ਸ਼ਰਾਬ ਕੱਢ ਕੇ ਵੇਚਦੀਆਂ ਸਨ। ਪੁਲਿਸ ਨੇ ਦੋਸ਼ੀ ਅਤੇ ਸ਼ਰਾਬ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਲੌਰ ਤੋਂ ਰਾਜਕੁਮਾਰ ਨੰਗਲ। ਅੱਜ ਪੰਜਾਬ ਵਿੱਚ ਜੋ ਲੋਕ ਸਭਾ ਚੋਣਾਂ ਹੋ ਰਹੀਆਂ ਉਹਦੇ ਮੱਦੇਨਜ਼ਰ ਮੈਂ ਗਸ਼ਤ ਦੇ ਦੌਰਾਨ ਭਾਰਤੀ ਪੁਲਿਸ ਕੌਂਸਲ ਮਹਾਰਾਸ਼ਟਰ ਪੁਲਿਸ ਅਤੇ CPA ਅਕੈਡਮੀ ਫੋਰਸ ਕਰ ਰਹੀ ਸੀ ਜੋ ਸਾਨੂੰ ਸੀਕਰਟ ਇਨਫੋਰਮੇਸ਼ਨ ਮਿਲੀ ਕਿ ਅਮਨ ਕੁਮਾਰ ਮੁੰਨਾ ਜੋ ਆਪਣੇ ਘਰ ਵਿੱਚ ਇੱਕ ਦੁਕਾਨ ਬਣਾਈ ਹੋਈ ਹੈ ਅਤੇ ਜਿਹਨੂੰ ਉਹਨੇ ਠੇਕੇ ਵਾਂਗ ਗ੍ਰਿੱਲਾਂ ਲਗਾ ਕੇ ਅਤੇ ਬੰਦ ਕੀਤਾ ਹੋਇਆ ਅਤੇ ਜਦੋਂ ਉਹਨੂੰ ਆਵਾਜ਼ ਦੇ ਕੇ ਬੁਲਾਇਆ ਅਤੇ ਉਹਨੇ ਆਪਣਾ ਦਰਵਾਜ਼ਾ ਖੋਲ੍ਹ ਕੇ ਇਨਕਾਰ ਕਰ ਦਿੱਤਾ ਜਿੱਥੇ ਤੁਸੀਂ ਪੱਤਰਕਾਰ ਭਾਈਚਾਰਾ ਵੀ ਸਾਰਾ ਸਾਡੇ ਕੋਲ ਆ ਕੇ ਤੁਸੀਂ ਖੁਦ ਹੀ ਵੇਖਿਆ ਕਿ ਕੀ ਕੀਤਾ ਹੈ ਜਿਹਨੇ ਕੰਮ ਔਰ ਜਿਸਦੇ ਅੰਦਰੋਂ ਜਿਹਨੇ ਬਾਥਰੂਮ ਦੇ ਵਿੱਚ ਗਟਰ ਅਤੇ ਅੱਗੇ ਬਣਾਇਆ ਹੋਇਆ ਇੱਕ ਬੰਕਰ ਦੇ ਵਿੱਚੋਂ ਭਾਰੀ ਗਿਣਤੀ ਵਿੱਚ ਸ਼ਰਾਬ ਦੀਆਂ ਪੇਟੀਆਂ ਇੰਗਲਿਸ਼ ਸ਼ਰਾਬ ਅਤੇ ਹੋਰ ਇਲੀਗਲੀ ਸ਼ਰਾਬ ਅਤੇ ਹੋਰ ਨਸ਼ੀਲੇ ਪਦਾਰਥ ਜਿਹੜੇ ਆ ਇਹਦੇ ਕੋਲੋਂ ਬਰਾਮਦ ਹੋ ਰਹੇ ਆ ਅਜੇ ਹੋਰ ਹੋਣ ਦੀ ਆਸ ਆ। ਅੱਗੋਂ ਇਹਨੂੰ ਅਰੈਸਟ ਕੀਤਾ ਗਿਆ। ਇਹਦੀਆਂ ਦੋਨੇ ਵਾਈਫ ਹੈਗੀਆਂ ਨੇ ਉਹ ਬਰਾਬਰ ਗਟਰ ਦੇ ਵਿੱਚ ਵੜ ਕੇ ਸ਼ਰਾਬ ਕੱਢ ਰਹੀਆਂ ਸੀ। ਉਹਨਾਂ ਨੂੰ ਵੀ ਮੌਕੇ 'ਤੇ ਮੇਰੀ ਪੁਲਿਸ ਦੇ ਨਾਲ ਕੰਮ ਕੀਤਾ ਗਿਆ ਅਤੇ ਬਣਦੀ ਕਾਰਵਾਈ ਇਹਨਾਂ ਦੇ ਖਿਲਾਫ਼ ਕੀਤੀ ਜਾ ਰਹੀ ਆ।